जी का खालसा वाहिगुरु जी की फतेह। तो आपां नूं जी कई परसनली मैसेज भी आए सी कई भैणां दे, ते कईआं ने कमेंट करके भी बहुत रिक्वेस्ट की हुई सी कि तुसीं दस्तार की वीडियो शेयर करो, तो अज आपां तुहाडे नाल दस्तार की वीडियो शेयर करांगे। तो दस्तार आ जिहड़ी इदां दी सजी आ, ते तुसीं अगे जाके वीडियो दे विच देखोगे दस्तार सजाउण दा तरीका। जिहड़े भी दवीर भैण दस्तार बणदे ने ओह ना जां तां नाल मूल मंत्र दा पाठ कर लिया करन, जां तुसीं कीर्तन भी सुन सकदे हो। तो मैं जो भी दस्तार सजाउनी हाँ मैं नाल फोन पर कीर्तन ला लैनी हाँ, नाले तो एनवायरमेंट वधिया हो जाता, नाले दस्तार सजाउण दा जिहड़ा आनंद आ कीर्तन दे नाल ओह वखरा ही हुंदा गा। ते नाल नाल वीडियो दे विच बहुत गल्लां कीतियां गईआं ने दस्तार दा, जिहड़ी मेरी दस्तार सजाउण दी हिस्टरी सीगी, होर भी नॉलेज वालीआं गल्लां बहुत दस्सियां गईआं ने। तुहानूं वधिया लगेगा वीडियो देख के, ते वीडियो नूं एंड तक जरूर देखियो। चलो जी हुण आपां दस्तार बणनी शुरू कर देंगे। ਤੇ ਮੈਂ ਤਿੰਨ ਦਸਤਾਰਾਂ ਲੈਣੀ ਹੁੰਦੀ ਆ, ਦੋ ਛੋਟੀਆਂ ਕੇਸਕੀਆਂ ਤੇ ਇੱਕ ਪੂਰੀ ਦਸਤਾਰ ਹੁੰਦੀ ਆ। ਜਿਹੜੀ ਪੂਰੀ ਦਸਤਾਰ ਆ ਉਹ 8 ਮੀਟਰ ਦੀ ਹੁੰਦੀ ਆ, ਤੇ ਜਿਹੜੀ ਇਹ ਵਾਲੀ ਛੋਟੀ ਕੇਸਕੀ ਆ ਇਹ 2.5 ਮੀਟਰ ਦੀ ਆ ਲਗਭਗ, ਤੇ ਇਸ ਤੋਂ ਬਿਨਾਂ ਜਿਹੜੀ ਦੂਸਰੀ ਕੇਸਕੀ ਆ ਇਹ ਹੈਗੀ ਆ 4 ਮੀਟਰ ਦੀ, ਤੇ ਇਹ ਵੱਡੀ ਦਸਤਾਰ ਆ ਇਹ 8 ਮੀਟਰ ਦੀ ਆ। ਇਹ ਸਭ ਤੋਂ ਪਹਿਲਾਂ ਦਸਤਾਰ ਬਣਨ ਤੋਂ ਪਹਿਲਾਂ ਆਪਾਂ ਸਿਰ ਦੇ ਵਿੱਚ ਕੰਘਾ ਕਰਾਂਗੇ। ਵੈਸੇ ਜਿਹੜੀ ਮਹਿਕ ਦਸਤਾਰ ਬਣਦੀ ਆ ਇਹ ਜਿੱਦਾਂ ਵਿੱਚੋਂ ਕੱਟੀ ਹੁੰਦੀ ਆ, ਹਾਫ ਹੁੰਦੀ ਆ, ਕਿਉਂਕਿ ਜੇਕਰ ਤੁਸੀਂ ਦਮਾਲਾ ਸਜਾਉਣਾ ਵਾ ਤਾਂ ਜੇ ਤੁਹਾਡੀ ਵਿਚਕਾਰੋਂ ਮਤਲਬ ਕੱਟੀ ਹੋਈ ਦਸਤਾਰ ਹੋਊਗੀ ਉਹਦਾ ਦਮਾਲਾ ਵਧੀਆ ਸਜਦਾ ਵਾ। ਅਤੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਮਤਲਬ ਮੇਨ ਕੁਐਸਚਨ ਕਈਆਂ ਦੇ ਆਏ ਹੋਏ ਸੀ ਵੀ ਤੁਸੀਂ ਕਿਹੜਾ ਕੱਪੜਾ ਦਸਤਾਰ ਦਾ ਬੰਨਦੇ ਹੋ, ਜੇ ਤੁਸੀਂ ਫੁੱਲ ਵੈਲ ਦਾ ਹੈ ਨਾ ਕੱਪੜਾ ਕੱਪੜੇ ਦੀ ਦਸਤਾਰ ਬੰਨਦੇ ਹੋ ਉਹ ਤੁਸੀਂ ਦਸਤਾਰਾਂ ਦੇ ਵਿੱਚ ਯੂਜ਼ ਕਰ ਸਕਦੇ ਹੋ, ਦਮਾਲਾ ਉਹਦਾ ਵਧੀਆ ਨਹੀਂ ਬੱਝ ਹੁੰਦਾ। ਦਮਾਲੇ ਦੇ ਲਈ ਮੈਂ F74 ਕੱਪੜਾ ਯੂਜ਼ ਕਰਦੀ ਹੈਗੀ। ਚਲੋ ਜੀ ਹੁਣ ਆਪਾਂ ਕੇਸਾਂ ਦੇ ਵਿੱਚ ਕੰਘਾ ਕਰਕੇ ਅਤੇ ਦਸਤਾਰ ਬੰਨਣੀ ਸ਼ੁਰੂ ਕਰਦੇ। ਅਤੇ ਜਿਹੜੀ ਕੇਸਕੀ ਆ ਉਹ ਕੇਸਾਂ ਦੇ ਸੰਭਾਲ ਲਈ ਬਹੁਤ ਜ਼ਰੂਰੀ ਹੁੰਦੀ ਆ, ਅਤੇ ਜ਼ਰੂਰੀ ਇਹ ਵੀ ਆ ਕਿ ਤੁਸੀਂ ਕੇਸਾਂ ਦੇ ਵਿੱਚ ਦੋ ਵਕਤ ਕੰਘਾ ਕਰੋ। ਰਹਿਤਨਾਮੇ ਦੇ ਵਿੱਚ ਵੀ ਸਿੱਖਾਂ ਨੂੰ ਹੁਕਮ ਕੀਤਾ ਗਿਆ ਸੀਗਾ ਕਿ ਦੋ ਵਕਤ ਕੰਘਾ ਕਰਨਾ ਚਾਹੀਦਾ ਵਾ। ਅਤੇ ਇੱਕ ਹੋਰ ਇੱਕ ਸਵਾਲ ਆਉਂਦਾ ਵਾ ਵੀ ਕੇਸੀ ਇਸ਼ਨਾਨ ਤੁਸੀਂ ਕਿਵੇਂ ਕਰਦੇ? ਅਸੀਂ ਰੋਜ਼ ਕੇਸੀ ਇਸ਼ਨਾਨ ਕਰਦੇ ਹਾਂ ਜੀ। ਇਸ਼ਨਾਨ ਦਾ ਮਤਲਬ ਵੀ ਹੁੰਦਾ ਵੀ ਪੂਰੀ ਬਾਡੀ ਦਾ ਇਸ਼ਨਾਨ, ਸੋ ਉਹਦੇ ਵਿੱਚ ਕੇਸਾਂ ਦਾ ਇਸ਼ਨਾਨ ਵੀ ਵਿੱਚ ਇਨਕਲੂਡ ਹੁੰਦਾ, ਅਤੇ ਅਸੀਂ ਰੋਜ਼ ਕੇਸਾਂ ਦਾ ਇਸ਼ਨਾਨ ਕਰਦੇ ਹਾਂ। ਰੋਜ਼ ਸ਼ੈਂਪੂ ਨਹੀਂ ਮਤਲਬ ਕਰਦੇ ਹੈਗੇ, ਸ਼ੈਂਪੂ ਤੀਜੇ ਦਿਨੋਂ ਜਾਂ ਇੱਕ ਹਫ਼ਤੇ ਬਾਅਦ, ਸਰਦੀਆਂ 'ਚ ਹਫ਼ਤੇ ਬਾਅਦ ਵੀ ਕਰ ਲਈਦਾ, ਅਤੇ ਗਰਮੀ 'ਚ ਤੀਜੇ ਦਿਨੋਂ ਸ਼ੈਂਪੂ ਕਰ ਲਈਦਾ ਵਾ। ਉੱਦਾਂ ਸਿਰ ਮਤਲਬ ਕੇਸੀ ਇਸ਼ਨਾਨ ਕਰੀਦਾ ਹੈਗਾ ਸ਼ੈਂਪੂ ਤੋਂ ਬਿਨਾਂ। ਅਤੇ ਇੱਕ ਹੋਰ ਗੱਲ, ਜਦੋਂ ਵੀ ਤੁਸੀਂ ਕੇਸਾਂ 'ਚ ਕੰਘਾ ਕਰਨਾ, ਤੁਸੀਂ ਆਪਣੀ ਝੋਲੀ 'ਚ ਜਾਂ ਤਾਂ ਕੱਪੜਾ ਵਿਛਾ ਲਵੋ ਜਾਂ ਜਿੱਦਾਂ ਤੁਹਾਡੇ ਕਮੀਜ਼ ਪਾਏ ਹੁੰਦੇ ਨੇ ਉਹਨੂੰ ਹੀ ਖਿਲਾਰ ਲਓ, ਕਿਉਂਕਿ ਤੁਹਾਡੇ ਕੇਸ ਨੀਚੇ ਨਹੀਂ ਗਿਰਨੇ ਚਾਹੀਦੇ। ਰਿੱਕੀ ਦੇ ਕੇਸ ਜ਼ਿਆਦਾਤਰ ਖਿਲਰ ਜਾਂਦੇ ਆ, ਉਹਦੇ ਜ਼ਿਆਦਾ ਵਾਲ ਝੜਦੇ ਹੈਗੇ, ਉਹ ਫਿਰ ਨੀਚੋਂ ਵੀ ਇਕੱਠੇ ਕਰ ਲੈਂਦਾ। ਜੇ ਤੁਹਾਡੇ ਜ਼ਿਆਦਾ ਕੇਸ ਉੱਡਦੇ ਵੀ ਆ ਖਿਲਰਦੇ ਆ, ਤੁਹਾਨੂੰ ਉਹਨਾਂ ਨੂੰ ਇਕੱਠੇ ਕਰ ਲੈਣਾ ਚਾਹੀਦਾ। ਅਤੇ ਦੂਜੀ ਗੱਲ, ਲਗਭਗ ਇਹ ਸਾਰਿਆਂ ਨੂੰ ਪਤਾ ਹੀ ਹੋਊਗੀ ਕਿ ਤੁਸੀਂ ਜਿਹੜੇ ਕੇਸ ਨੇ ਉਹਨਾਂ ਨੂੰ ਕਦੇ ਵੀ ਵੇਚਣਾ ਨਹੀਂ ਹੈਗਾ। ਜਿਹੜੇ ਤੁਹਾਡੇ ਕੇਸ ਝੜਦੇ ਨੇ ਕਈ ਬੀਬੀਆਂ ਭੈਣਾਂ ਕੀ ਕਰਦੀਆਂ ਨੇ ਉਹਨਾਂ ਨੂੰ ਵੇਚ ਦਿੰਦੀਆਂ ਨੇ ਇਕੱਠੇ ਕਰਕੇ, ਕਿਉਂਕਿ ਕਹਿੰਦੇ ਹੁੰਦੇ ਆ ਕਿ ਕੇਸ ਬਹੁਤ ਮਹਿੰਗੇ ਵਿਕਦੇ ਆ, ਤਾਂ ਕਰਕੇ ਉਹ ਵੇਚ ਕੇ ਭਾਂਡੇ ਲੈ ਲੈਂਦੀਆਂ ਨੇ। ਪਰ ਇਹ ਗੁਰੂ ਸਾਹਿਬ ਦੀ ਮੋਹਰ ਆ, ਇੱਦਾਂ ਉਹਨਾਂ ਨੂੰ ਵੇਚਣਾ ਨਹੀਂ ਚਾਹੀਦਾ, ਤੁਹਾਨੂੰ ਕੇਸਾਂ ਦਾ ਸੰਸਕਾਰ ਕਰਨਾ ਚਾਹੀਦਾ। ਵੀ ਤੁਸੀਂ ਕੇਸਕੀ ਜਾਂ ਦਸਤਾਰ ਸਜਾਉਣੀ ਆ ਜਾਂ ਤਾਂ ਤੁਸੀਂ ਚੇਅਰ ਰੱਖ ਲਓ ਜਿਵੇਂ ਕਿ ਮੈਂ ਰੱਖਦੀ ਹਾਂ, ਅਤੇ ਕਈ ਜ਼ਿਆਦਾ ਐਕਸਪਰਟ ਹੁੰਦੇ ਆ ਉਹ ਆਪਣੀ ਜਿਹੜੀ ਦਸਤਾਰ ਆ ਕੇਸਕੀ ਹੈਗੀ ਉਹਨੂੰ ਪੂਰੀ ਬਾਂਹ ਦੇ ਇਕੱਠੀ ਕਰਕੇ ਬੰਨ ਲੈਂਦੇ ਆ। ਅਤੇ ਮੈਂ ਕੇਸਕੀ ਤਾਂ ਵੈਸੇ ਬੰਨ ਲੈਂਦੀ ਹਾਂ ਬਾਂਹ 'ਤੇ, ਪਰ ਉਹ ਦਸਤਾਰ ਜ਼ਿਆਦਾ ਲੰਬੀ ਹੁੰਦੀ ਆ, 8 ਮੀਟਰ ਦੀ ਹੁੰਦੀ ਆ, ਉਹ ਸੈੱਟ ਨਹੀਂ ਆਉਂਦੀ ਹੈਗੀ ਕਿਉਂਕਿ ਵਾਲ ਪੈ ਜਾਂਦੇ ਆ, ਵਾਲ ਕੱਢਣੇ ਪੈਂਦੇ ਆ, ਤਾਂ ਕਰਕੇ ਕੁਰਸੀ ਮੈਂ ਜ਼ਰੂਰ ਰੱਖਦੀ ਹਾਂ ਨਾਲ। ਵੀ ਤੁਹਾਡੀ ਦਸਤਾਰ ਜਾਂ ਕੇਸਕੀ ਥੱਲੇ ਨਹੀਂ ਲੱਗਣੀ ਚਾਹੀਦੀ, ਇਹਦਾ ਮੇਨ ਮਕਸਦ ਇਹ ਆ। ਹਾਂਜੀ, ਕਈ ਜਿਹੜੀਆਂ ਬੀਬੀਆਂ ਭੈਣਾਂ ਨੇ ਉਹ ਪਹਿਲਾਂ ਜੂੜਾ ਕਰਕੇ ਫਿਰ ਉੱਪਰ ਬੂੰਗਾ ਸਜਾਉਂਦੀਆਂ ਨੇ, ਅਤੇ ਮੈਂ ਜਿਹੜੀ ਦਸਤਾਰ ਆਪਣੀ ਜਿਹੜੀ ਕੇਸਕੀ ਆ ਆਪਣੇ ਕੇਸਾਂ ਨੂੰ ਕੇਸਕੀ ਦੇ ਵਿੱਚ ਲਪੇਟ ਕੇ ਫਿਰ ਆਪਣਾ ਜੂੜਾ ਕਰਦੀ ਹਾਂ। ਇਹ ਤੁਹਾਡੀ ਮਰਜ਼ੀ ਆ, ਜਿੱਦਾਂ ਤੁਹਾਨੂੰ ਸੈੱਟ ਆਉਂਦਾ ਤੁਸੀਂ ਉੱਦਾਂ ਕਰ ਸਕਦੇ ਹੋ। ਅਤੇ ਤੁਸੀਂ ਆਪਣੇ ਕੇਸਾਂ ਨੂੰ ਆਪਣੀ ਕੇਸਕੀ ਨਾਲ ਕਵਰ ਕਰਦੇ ਹੋ, ਇਹ ਜੂੜਾ ਕਰਨਾ ਹੈਗਾ। ਵੈਸੇ ਮੈਂ ਜਿਹੜੀ ਦਸਤਾਰ ਬੰਨਦਾ, ਮੈਂ ਜਿਹੜੀ ਫੁੱਲ ਹੁੰਦੀ ਆ ਪੂਰੀ ਮਤਲਬ ਕਿ ਚੌੜੀ ਹੁੰਦੀ ਨਾ ਕੱਪੜਾ ਹੁੰਦਾ, ਉਹੀ ਬੰਨਦਾ ਹਾਂ। ਅਤੇ ਮੈਂ ਗੁਰਮੁਖੀ ਦਸਤਾਰ ਬੰਨਦਾ, ਮੈਂ ਕੇਸਕੀ ਵੀ ਉਹੀ ਬੰਨਦਾ ਵਾਂ, ਬਟ ਕਈ ਇੱਦਾਂ ਬੰਨਦੇ ਨੇ ਕਈ ਉੱਦਾਂ ਬੰਨਦੇ ਨੇ, ਜ਼ਿਆਦਾਤਰ ਮੇਰੇ ਖਿਆਲ 'ਚ ਇੱਦਾਂ ਬੰਨਦੇ ਨੇ ਕਿਉਂਕਿ ਇਹ ਬੰਨਣੀ ਸੌਖੀ ਹੋ ਜਾਂਦੀ ਆ, ਦਮਾਲਾ ਦਾ ਵੀ ਇਹਨਾਂ ਨਾਲ ਵਧੀਆ ਸਜਾਇਆ ਜਾਂਦਾ ਵਾ। ਹੁਣ ਬਸ ਇੱਦਾਂ ਹੀ ਜੂੜਾ ਕਰ ਲੈਣਾ ਵਾ। ਅੱਧੀ ਕੇਸਕੀ ਦੇ ਵਿੱਚ ਆਪਾਂ ਨੇ ਕੇਸ ਲਪੇਟ ਲਏ ਸੀ, ਅਤੇ ਜਿਹੜੀ ਬਾਕੀ ਕੇਸਕੀ ਹੈਗੀ ਇਹਨੂੰ ਸਜਾਉਣ ਤੋਂ ਪਹਿਲਾਂ ਆਪਾਂ ਕੰਘਾ ਕੇਸਾਂ ਦੇ ਵਿੱਚ ਲਾਉਣਾ ਗਾ। ਕੰਘਾ ਕੇਸਾਂ ਦੇ ਵਿੱਚ ਲਗਾਉਣ ਤੋਂ ਬਾਅਦ ਆਪਣੀ ਕੇਸਕੀ ਸਜਾਉਣੀ ਆਪਾਂ ਸ਼ੁਰੂ ਕਰਾਂਗੇ। ਤੇ ਹੁਣ
ਹੁਣ ਆਪਾਂ ਜੀ ਜਿਹੜੀ ਆਪਣੀ 4 ਮੀਟਰ ਵਾਲੀ ਕੇਸਕੀ ਆ ਉਹ ਬਣਨੀ ਸ਼ੁਰੂ ਕਰਦੇ ਆ ਤੇ ਦਸਤਾਰ ਕਈ ਜਿਹੜੀਆਂ ਭੈਣਾਂ ਨੇ ਉਹ ਵੱਖਰੇ ਤਰੀਕੇ ਨਾਲ ਬਣਦੀਆਂ ਨੇ ਬਹੁਤ ਸੋਹਣੇ ਸੋਹਣੇ ਤਰੀਕਿਆਂ ਨਾਲ ਬਣਦੀਆਂ ਨੇ ਤੇ ਮੇਰਾ ਸ਼ੁਰੂ ਤੋਂ ਇਹੀ ਵਾਲਾ ਸਟਾਈਲ ਆ ਮੈਂ ਇੱਦਾਂ ਹੀ ਦਸਤਾਰ ਸਜਾਉਣੀ ਆ ਤੇ ਮੈਂ ਹੁਣ ਤੁਹਾਨੂੰ ਆਪਣੇ ਸਟਾਈਲ ਦੇ ਨਾਲ ਦੱਸਾਂਗੀ ਬਾਕੀ ਜੇ ਕੋਈ ਤੁਸੀਂ ਕਿਸੇ ਵੱਖਰੇ ਤਰੀਕੇ ਨਾਲ ਸਜਾਉਂਦੇ ਹੋਏ ਤਾਂ ਤੁਸੀਂ ਉਹ ਵੀ ਮੈਨੂੰ ਦੱਸ ਸਕਦੇ ਹੋ ਆਪਣੇ ਆਈਡੀਆ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਵੈਸੇ ਮੈਂ ਇਹਦੀ ਦਸਤਾਰ ਦੀ ਵੀਡੀਓ ਤਾਂ ਵੀ ਨਹੀਂ ਬਣਾ ਰਹੀ ਸੀ ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਮੈਨੂੰ ਜ਼ਿਆਦਾ ਸੋਹਣੀ ਸਜਾਉਣੀ ਨਹੀਂ ਆਉਂਦੀ ਹੈਗੀ ਪਰ ਫਿਰ ਕਈ ਵੀਰਾਂ ਭੈਣਾਂ ਨੇ ਕਿਹਾ ਕਿ ਦਸਤਾਰ ਸੋਹਣੀ ਹੀ ਹੁੰਦੀ ਹੈ ਵੀ ਤੁਸੀਂ ਸਜਾ ਕੇ ਸਾਨੂੰ ਜ਼ਰੂਰ ਦੱਸੋ ਤਾਂ ਕਰਕੇ ਆਪਾਂ ਅੱਜ ਦਸਤਾਰ ਸਜਾ ਕੇ ਤੁਹਾਨੂੰ ਦਿਖਾਉਣ ਲੱਗੇ ਹਾਂ ਪਹਿਲਾਂ ਜੀ ਆਪਾਂ ਜਿਹੜਾ ਇਹ ਲਾੜਾਂਗਾ ਇਹ ਪਿੱਛੇ ਤੋਂ ਲੈ ਕੇ ਆਵਾਂਗੇ ਪਿੱਛੇ ਲੜ ਲਿਆ ਕੇ ਇਹਨੂੰ ਅੱਗੇ ਨੱਪ ਦੇਣਾ ਇਸ ਵਾਲੇ ਲਾੜੂ ਨਾਲ ਅਤੇ ਮੈਂ ਜਿਹੜਾ ਇੰਨਾ ਕੁ ਥੋੜ੍ਹਾ ਜਿਹਾ ਲਾੜਾ ਨਾ ਇਹ ਅੱਗੇ ਨੂੰ ਰੱਖਦੀ ਹੁੰਦੀ ਹੈਗੀ ਜਦੋਂ ਉੱਪਰ ਕੇਸਕੀ ਦਸਤਾਰ ਬਣਨੀ ਹੁੰਦੀ ਹੈ ਕਿਉਂਕਿ ਉਹਦੇ ਨਾਲ ਕਵਰ ਹੋ ਜਾਂਦਾ ਅਤੇ ਇਹ ਪਿੱਛੇ ਨੂੰ ਖਿਸਕਦਾ ਨਹੀਂ ਹੈਗਾ ਜੇ ਆਪਾਂ ਅੱਗੇ ਨੂੰ ਰੱਖ ਲੈਂਦੇ ਹਾਂ ਅਤੇ ਜਿਹੜੀ ਹੁਣ ਬਾਕੀ ਦੀ ਬਚੀ ਹੋਈ ਕੇਸਕੀ ਇਹਦੇ ਨਾਲ ਆਪਾਂ ਛੋਟੀ ਕੇਸਕੀ ਨੂੰ ਕਵਰ ਕਰਾਂਗੇ ਅਤੇ ਤੁਸੀਂ ਇਸੇ ਤਰ੍ਹਾਂ ਆਪਣੀ ਦਸਤਾਰ ਦਾ ਜਿਹੜਾ ਬੇਸ ਆ ਉਹ ਤਿਆਰ ਕਰੋਗੇ ਅਤੇ ਜਿਹੜੀ ਇਹ ਆਪਣੀ ਦਸਤਾਰ ਕੇਸਕੀ ਹੁੰਦੀ ਆ ਜਿਵੇਂ ਪੱਗ ਬੰਨਦੇ ਨੇ ਉਹ ਮੂੰਹ ਦੇ ਵਿੱਚ ਪਾ ਲੈਂਦੇ ਨੇ ਨਾ ਪਹਿਲਾ ਲੜ ਅਤੇ ਉਹ ਪਾਉਣਾ ਨਹੀਂ ਚਾਹੀਦਾ ਹੈਗਾ ਵੈਸੇ ਆਪਣੇ ਜਿਹੜੇ ਅੱਜ ਕੱਲ੍ਹ ਪੱਗ ਬੰਨਦੇ ਜਿਹੜੇ ਦਮਾਲੇ ਸਜਾਉਂਦੇ ਨੇ ਜਾਂ ਗੁਰਮੁਖੀ ਦਸਤਾਰ ਉਹ ਨਹੀਂ ਇੱਦਾਂ ਕਰਦੇ ਹੈਗੇ ਬਟ ਜਿਹੜੇ ਪੱਗ ਬੰਨਦੇ ਆ ਹੋਰ ਡਿਫਰੈਂਟ ਕਈ ਸਟਾਈਲ ਨਾਲ ਬੰਨਦੇ ਆ ਪਹਿਲਾ ਲੜ ਮੂੰਹ 'ਚ ਲੈ ਲੈਂਦੇ ਆ ਉਹ ਗੱਲ ਠੀਕ ਨਹੀਂ ਹੈਗੀ ਜੀ ਉਹ ਉਵੇਂ ਕਰਨਾ ਨਹੀਂ ਚਾਹੀਦਾ ਹੈਗਾ ਕਿਉਂਕਿ ਉਹਦੇ ਨਾਲ ਸਤਿਕਾਰ 'ਚ ਫਰਕ ਪੈਂਦਾ ਦਸਤਾਰ ਦੇ ਜੇ ਤੁਸੀਂ ਚਾਹੋ ਤਾਂ ਤੁਸੀਂ ਆਪਣਾ ਤੀਸਰਾ ਲੜ ਜਾਂ ਫਿਰ ਐਂਡ ਤੋਂ ਪਹਿਲਾਂ ਜਿਹੜਾ ਵੀ ਤੁਹਾਡਾ ਦੂਜਾ ਲੜ ਆ ਉਹਨੂੰ ਇੱਦਾਂ ਲਗਾ ਕੇ ਅੱਧਾ ਕੱਪੜਾ ਤੁਸੀਂ ਪਿੱਛੇ ਨੂੰ ਲੈ ਕੇ ਜਾਣਾ ਇਹਦੇ ਨਾਲ ਜਿਹੜਾ ਤੁਹਾਡਾ ਜੂੜਾ ਵਾ ਉਹ ਕਵਰ ਹੋ ਜੂਗਾ ਆਹ ਦੇਖੋ ਇਸ ਤਰੀਕੇ ਨਾਲ ਜਿੱਦਾਂ ਮੈਂ ਕਿਹਨੇ ਕਸੇਰ ਕਵਰ ਕੀਤਾ ਵਾ ਕਰਕੇ ਅਤੇ ਇਹਨੂੰ ਪਿੱਛੇ ਆਪਾਂ ਜਿਹੜਾ ਲੈ ਕੇ ਜਾਣਾ ਲੜ ਘੁਮਾ ਕੇ ਲੈ ਕੇ ਜਾਣਾ ਉਹਦੇ ਵਿੱਚ ਫਿਰ ਤੁਸੀਂ ਦੇ ਲੈਣਾ ਉਹਦੇ ਨਾਲ ਦਸਤਾਰ ਬਹੁਤ ਸੋਲਿਡ ਬੇਸ ਬਣ ਜਾਂਦਾ ਅਤੇ ਵਧੀਆ ਟਾਈਟ ਹੋ ਜਾਂਦੀ ਆ ਮੇਰੇ ਤੋਂ ਇਹ ਐਵੇਂ ਕਦੇ ਨਹੀਂ ਠੀਕ ਹੋਇਆ ਹੈਗਾ ਮੈਂ ਜਦ ਪਹਿਲਾਂ ਦੁਮਾਲਾ ਬੰਨਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਇਸ ਲਈ ਮੈਂ ਗੁਰਮੁਖੀ ਦਸਤਾਰ ਬੰਨਣ ਲੱਗ ਗਿਆ ਅਤੇ ਉਹ ਚੀਜ਼ ਮੇਰੇ ਤੋਂ ਕਦੇ ਹੋਈ ਨਹੀਂ ਹੈਗੀ ਸਹੀ ਦੁਮਾਲਾ ਤਾਂ ਮੈਨੂੰ ਇੰਨਾ ਬੰਨਣਾ ਨਹੀਂ ਆਉਂਦਾ ਹੈਗਾ ਮੈਂ ਗੁਰਮੁਖੀ ਦਸਤਾਰ ਮੈਨੂੰ ਠੀਕ ਲੱਗਦੀ ਹੈ ਬੰਨਣੀ ਸੌਖੀ ਲੱਗਦੀ ਹੈ ਅਤੇ ਵਧੀਆ ਬੰਨੀ ਜਾਂਦੀ ਹੈ ਅਤੇ ਐਂਡ ਵਾਲਾ ਲਾੜਾ ਤੁਸੀਂ ਮੈਨੂੰ ਇੱਦਾਂ ਸੈੱਟ ਕਰਕੇ ਲਗਾ ਲੈਣਾ ਕਿਉਂਕਿ ਜੇਕਰ ਐਂਡ ਵਾਲਾ ਲੜ ਸੈੱਟ ਨਹੀਂ ਆਇਆ ਫਿਰ ਤੁਹਾਡੀ ਜਿਹੜੀ ਕੇਸਕੀ ਆ ਉਹ ਖੁੱਲ੍ਹ ਜਾਂਦੀ ਆ ਅਤੇ ਜਿਹੜੀ ਸਾਡੀ ਦਸਤਾਰ ਜਾਂ ਕੇਸਕੀ ਹੁੰਦੀ ਆ ਉਹਦੇ ਵਿੱਚ ਜਿਵੇਂ ਮੈਨੂੰ ਲੱਗਦਾ ਪੱਗ ਦੇ ਵਿੱਚ ਮੈਂ ਕਦੇ ਪੱਗ ਬੰਨੀ ਨਹੀਂ ਪਰ ਪੱਗ ਦੇ ਵਿੱਚ ਸਿਉਣ ਹੁੰਦੀ ਆ ਹੈ ਨਾ ਹਾਂਜੀ ਅਤੇ ਇਹਦੇ ਵਿੱਚ ਕੋਈ ਸਿਉਣ ਨਹੀਂ ਹੁੰਦੀ ਹੈਗੀ ਇਹ ਸਿਰਫ ਸਿੰਪਲ ਕੱਪੜਾ ਹੁੰਦਾ ਵਾ ਅਤੇ ਇਹਦੇ ਦਸਤਾਰ ਦੇ ਬਾਰੇ ਵੀ ਜਿੱਦਾਂ ਆਪਾਂ ਨੂੰ ਪਤਾ ਨਹੀਂ ਹੁੰਦੀਆਂ ਬਟ ਇਹਦੇ ਬਾਰੇ ਵੀ ਇੱਕ ਰਹਿਤ ਮਰਿਆਦਾ ਵਾ ਵੀ ਇਹਦੇ ਲੜ ਨਹੀਂ ਛੱਡਣੇ ਹੈਗੇ ਵਿੱਚ ਸਿਉਣ ਨਹੀਂ ਹੋਣੀ ਚਾਹੀਦੀ ਹੈਗੀ ਉਹ ਕੁਛ ਚੀਜ਼ਾਂ ਨੇ ਉਹ ਆਪਾਂ ਨੂੰ ਮਤਲਬ ਕਿ ਮਿਲ ਜਾਂਦੀਆਂ ਨੇ ਅਤੇ ਆਪਾਂ ਨੂੰ ਫੋਲੋ ਕਰਨੀਆਂ ਚਾਹੀਦੀਆਂ ਨੇ ਤੁਸੀਂ ਹੁਣ ਦੇਖ ਸਕਦੇ ਹੋ ਕਿ ਆਪਣੀ ਜਿਹੜੀ ਕੇਸਕੀ ਆ ਉਹ ਸੱਜ ਗਈ ਆ ਅਤੇ ਹੁਣ ਆਪਾਂ ਦਸਤਾਰ ਸਜਾਉਣੀ ਸ਼ੁਰੂ ਕਰਦੇ ਹਾਂ ਅਤੇ ਦਸਤਾਰ ਸਜਾਉਣ ਦੇ ਪਿੱਛੇ ਵੀ ਮਤਲਬ ਇੱਕ ਹਿਸਟਰੀ ਸੀਗੀ ਅਤੇ ਗੱਲ ਇਹ ਸੀਗੀ ਕਿ ਮੈਂ 6th ਕਲਾਸ ਦੇ ਵਿੱਚ ਅੰਮ੍ਰਿਤ ਛਕਿਆ ਸੀਗਾ ਉਦੋਂ ਮੈਂ ਦਸਤਾਰ ਨਹੀਂ ਸੀ ਸਜਾਉਂਦੀ ਮੈਂ ਜਿਹੜੇ ਸਿੰਪਲ ਜਿੱਦਾਂ ਬੀਬੀਆਂ ਪਟਕਾ ਜਾਂ ਜਿੱਦਾਂ ਬੰਨ ਲੈਂਦੀਆਂ ਨੇ ਉੱਦਾਂ ਰੱਖਦੀ ਸੀਗੀ ਅਤੇ ਜਦੋਂ ਮਤਲਬ ਮੈਂ ਕਾਲਜ ਗਈ ਮੇਰਾ ਫਸਟ ਈਅਰ ਸੀਗਾ ਮੇਰੇ ਕੇਸ ਕਾਫੀ ਚੜ੍ਹਨ ਲੱਗ ਗਏ ਸੀਗੇ ਕੁਛ ਪਾਣੀ ਦੀ ਪ੍ਰੋਬਲਮ ਸੀਗੀ ਉੱਥੇ ਸਾਡੇ ਅਤੇ ਮੈਂ ਟੈਨਸ਼ਨ ਜਿਹਦੇ ਵਿੱਚ ਰਹਿੰਦੀ ਸੀਗੀ ਵੀ ਇੰਨੇ ਵਾਲ ਝੜਦੇ ਆ ਮੈਂ ਤਾਂ ਗੰਜੀ ਹੋ ਜਾਣਾ ਵੀ ਮੈਂ ਕੀ ਕਰੂੰਗੀ ਮੈਂ ਆਪਣੇ ਡੈਡੀ ਨੂੰ ਕਹਿੰਦੀ ਰਹਿੰਦੀ ਸੀ ਮੈਨੂੰ ਕੋਈ ਦਵਾਈ ਦਵਾ ਦਿਓ ਕੁਛ ਮੈਨੂੰ ਮੈਂ ਕਿਹਾ ਮੇਰਾ ਟ੍ਰੀਟਮੈਂਟ ਕਰਾਓ ਇੱਕ ਦੋ ਸ਼ੈਂਪੂ ਵੀ ਚੇਂਜ ਕੀਤੇ ਦਵਾਈ ਵੀ ਲੈ ਕੇ ਦੇਖੀ ਕੋਈ ਫਰਕ ਨਹੀਂ ਸੀ ਪਿਆ ਫਿਰ ਡੈਡੀ ਕਹਿੰਦੇ ਵੀ ਤੂੰ ਇੱਦਾਂ ਕਰ ਤੂੰ ਦਸਤਾਰ ਬੰਨਣੀ ਸਟਾਰਟ ਕਰ ਦੇ ਕਿਉਂਕਿ ਗੱਲ ਜਦੋਂ ਮੈਂ ਗੁੱਤ ਕਰ ਲੈਂਦੀ ਸੀਗੀ ਮੇਰਾ ਰਬੜ ਬੈਂਡ ਡਿੱਗ ਪੈਂਦਾ ਸੀ ਜਾਂ ਜੇ ਪਿੱਛੇ ਜੂੜਾ ਕਰਦੀ ਸੀ ਉਹ ਜੂੜਾ ਖੁੱਲ੍ਹ ਜਾਂਦਾ ਸੀਗਾ ਕੇਸ ਥੋੜ੍ਹੇ ਰਹਿ ਗਏ ਸੀਗੇ ਜਦੋਂ ਦਸਤਾਰ ਬੰਨਣੀ ਸ਼ੁਰੂ ਕੀਤੀ ਉਹਦੇ ਨਾਲ ਕੇਸਾਂ ਦਾ ਵੀ ਫਰਕ ਪੈ ਗਿਆ ਸੀਗਾ ਕੇਸ ਥੋੜ੍ਹੇ ਲੰਬੇ ਹੋ ਗਏ ਪਹਿਲਾਂ ਨਾਲੋਂ ਅਤੇ ਝੜਨੇ ਵੀ ਘੱਟ ਗਏ ਸੀ ਕਿਉਂਕਿ ਜਦੋਂ ਖੁੱਲ੍ਹੇ ਰਹਿੰਦੇ ਆ ਉਦੋਂ ਜ਼ਿਆਦਾ ਝੜਦੇ ਰਹਿੰਦੇ ਹੈਗੇ ਜਾਣੇ ਦਾ ਸਵਾਲ ਹੋਊਗਾ ਵੀ ਤੁਸੀਂ ਦਸਤਾਰ ਬੰਨਣੀ ਕਿੱਥੋਂ ਸਿੱਖੀ ਕਈਆਂ ਨੇ ਪੁੱਛਿਆ ਵੀ ਸੀਗਾ ਅਤੇ ਮੈਂ ਜੀ ਦਸਤਾਰ ਮਤਲਬ ਵੈਸੇ ਜ਼ਿਆਦਾ ਬੰਨਣੀ ਕਿਸੇ ਤੋਂ ਵੀ ਨਹੀਂ ਸਿੱਖੀ ਹੈਗੀ ਮੈਂ 4-5 ਦਿਨ ਮੇਰੇ ਭਾਬੀ ਜੀ ਆ ਪਿੰਡ ਦੇ ਵਿੱਚ ਉਹ ਦਸਤਾਰ ਸਜਾਉਂਦੇ ਸੀਗੇ ਅਤੇ ਮੈਂ ਉਹਨਾਂ ਕੋਲ ਜਾਂਦੀ ਹੁੰਦੀ ਸੀਗੀ ਉਹ ਮੇਰੇ ਦਸਤਾਰ ਸਜਾ ਦਿੰਦੇ ਸੀਗੇ ਮੈਂ ਜਦੋਂ ਘਰ ਆਉਂਦੀ ਸੀ ਮੈਂ ਕਾਲਜ ਤੋਂ ਆਉਂਦੀ ਉਹਨਾਂ ਕੋਲ ਰੁਕ ਜਾਣਾ ਉਹਨਾਂ ਤੋਂ ਦਸਤਾਰ ਸਜਵਾਉਣੀ ਉਹਨਾਂ ਨੇ ਮੈਨੂੰ ਆਪਣੀ ਦਸਤਾਰ ਦਿੱਤੀ ਸੀ ਪਹਿਲੀ F74 ਦੀ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਤੂੰ ਇਹ ਵਾਲੀ ਬੰਨਿਆ ਕਰ ਅਤੇ ਜਦੋਂ ਮੈਂ ਘਰ ਆਉਣਾ ਮੈਂ ਘਰ ਆ ਕੇ ਸ਼ੀਸ਼ੇ ਦੇ ਵਿੱਚ ਆਪਣੀ ਦਸਤਾਰ ਖੋਲ੍ਹਦੀ ਸੀਗੀ ਮੈਂ ਸ਼ੀਸ਼ੇ ਦੇ ਵਿੱਚ ਲੜ ਦੇਖਣੇ ਵੀ ਕਿੱਦਾਂ ਕਿੱਦਾਂ ਉਹਨਾਂ ਨੇ ਲੜ ਲਾਏ ਹੈਗੇ ਮੈਂ ਉਸੇ ਹਿਸਾਬ ਦੇ ਦਸਤਾਰ ਬੰਨਣੀ ਸ਼ੁਰੂ ਕੀਤੀ ਅਤੇ ਸ਼ੁਰੂ ਸ਼ੁਰੂ ਦੇ ਵਿੱਚ ਤਾਂ ਇੰਨੀ ਵਧੀਆ ਬੰਨਣੀ ਨਹੀਂ ਆਉਂਦੀ ਇਹ ਜਿਹੜੀ ਸਫਾਈ ਆ ਉਹ ਤੁਹਾਡੇ ਹੱਥਾਂ ਦੇ ਨਾਲ ਹੀ ਆਊਗੀ ਜਦੋਂ ਤੁਸੀਂ ਬੰਨਦੇ ਰਹੋਗੇ ਤੁਹਾਨੂੰ ਆਪਣੇ ਆਪ ਸਫਾਈ ਆਉਣੀ ਆ
ਤੁਸੀਂ ਸਿੱਖ ਕੇ ਮਤਲਬ ਜੇ ਤੁਸੀਂ ਸੋਚੋ ਵੀ ਸਿੱਖ ਕੇ ਅਸੀਂ ਜ਼ਿਆਦਾ ਵਧੀਆ ਬਣਨ ਲੱਗ ਜਾਂਗੇ ਐਵੇਂ ਨਹੀਂ ਹੁੰਦਾ। ਜਿਵੇਂ ਕਿ ਕੱਪੜੇ ਸਿਉਣੇ ਹੋ ਗਏ ਜਾਂ ਕੁਕਿੰਗ ਹੋ ਗਈ, ਸਾਰੀ ਤੁਹਾਡੀ ਪ੍ਰੈਕਟਿਸ ਨਾਲ ਹੀ ਆਉਂਦੀ ਆ। ਉਸੇ ਤਰ੍ਹਾਂ ਦਸਤਾਰ ਵੀ ਜਿੰਨੀ ਪ੍ਰੈਕਟਿਸ ਕਰੋਗੇ ਉਨੀ ਵਧੀਆ ਤੁਸੀਂ ਬਣ ਲਓਗੇ। ਜਿਹੜੀ ਇਹ ਵਾਲੀ ਦਸਤਾਰ ਹੈ ਜੀ, ਇਹ ਮੈਂ ਪਹਿਲੀ ਵਾਰ ਬਣਨ ਲੱਗੀ ਸੀ ਤਾਂ ਕਰਕੇ ਮੈਂ ਥੋੜ੍ਹਾ ਜਿਹਾ ਪਾਣੀ ਦਾ ਛਿੱਟਾ ਦੇ ਲਿਆ ਸੀਗਾ, ਕਿਉਂਕਿ ਸਹੀ ਤਰ੍ਹਾਂ ਬੈਠ ਜਾਂਦੀ ਹੈ ਦਸਤਾਰ ਪਾਣੀ ਦੇ ਛਿੱਟੇ ਨਾਲ। ਕਿਉਂਕਿ ਜਿਹੜਾ ਨਵਾਂ ਕੱਪੜਾ ਹੁੰਦਾ ਉਹ ਥੋੜ੍ਹਾ ਜਿਹਾ ਜਿਵੇਂ ਕਹਿ ਲਓ ਵੀ ਆਕੜ ਜਿਹਾ ਨਹੀਂ ਹੁੰਦਾ, ਇੰਨਾ ਵੀ ਨਹੀਂ ਹੁੰਦਾ, ਖੈਰ ਮਤਲਬ ਵੀ ਥੋੜ੍ਹਾ ਸੋਲਿਡ ਜਿਹਾ ਹੁੰਦਾ ਵਾ, ਤੇ ਜਦੋਂ ਬੰਨਦੇ ਰਹਿੰਦੇ ਘਸ ਜਾਂਦਾ, ਫਿਰ ਉਹ ਬੰਦੇ ਦਾ ਹੱਥ ਵੀ ਟਿਕ ਜਾਂਦਾ ਤੇ ਉਹ ਕੱਪੜਾ ਵੀ ਘਸ ਜਾਂਦਾ। ਬਟ ਜੀ F70 ਵਾਲਾ ਇੰਨਾ ਆਕੜਦਾ ਨਹੀਂ ਹੈ, ਇਹ ਤਾਂ ਬਹੁਤ ਸਮੂਥ ਹੁੰਦਾ, ਇਹ ਤਾਂ ਬਹੁਤ ਜ਼ਿਆਦਾ ਸਮੂਥ। ਚਲੋ ਇਹ ਆ ਵੀ ਜਲਦੀ ਬੰਨੀ ਜਾਂਦੀ ਹੈਗੀ, ਮਤਲਬ ਜ਼ਿਆਦਾ ਸੈਟਿੰਗ ਜੀ ਨਹੀਂ ਕਰਨ ਦੀ ਜ਼ਰੂਰਤ ਪੈਂਦੀ ਜੇ ਪਾਣੀ ਦਾ ਛਿੱਟਾ ਦਿੱਤਾ ਹੁੰਦਾ ਹੈਗਾ। ਜਿਸ ਤਰ੍ਹਾਂ ਆਪਾਂ ਕੇਸਕੀ ਦਾ ਪਹਿਲਾਂ ਲੜ ਲਾਇਆ ਸੀ ਉਸੇ ਤਰ੍ਹਾਂ ਹੀ ਇਹਦਾ ਲੜ ਲਾਵਾਂਗੇ। ਤੇ ਨਵੀਂ ਦਸਤਾਰ ਦਾ ਥੋੜਾ ਡਰ ਵੀ ਹੁੰਦਾ ਵੀ ਲੜ ਪੂਰਾ ਆਊਗਾ ਕਿ ਨਹੀਂ ਆਊਗਾ, ਹੁਣ ਆਪਾਂ ਪਹਿਲੀ ਵਾਰੇ ਬੰਨਣੀ ਆ, ਤੁਹਾਡੇ ਮੋਰੀ ਦੀ ਪਤਾ ਲੱਗ ਜੂਗਾ, ਹੁਣ ਦੇਖਦੇ ਆ ਲੜ ਪੂਰਾ ਆਉਂਦਾ ਕਿ ਨਹੀਂ ਆਉਂਦਾ। ਤੇ ਜੇ ਲੜ ਨਹੀਂ ਪੂਰਾ ਆਇਆ ਫਿਰ ਵੀ ਮੈਂ ਤੁਹਾਨੂੰ ਦੱਸੂਗੀ ਵੀ ਤੁਸੀਂ ਕੀ ਕਰਨਾ। ਨਾਲ ਨਾਲ ਤੁਸੀਂ ਸੈੱਟ ਕਰਦੇ ਜਾਓ ਆਪਣੀ ਦਸਤਾਰ ਨੂੰ ਵੀ, ਕਈ ਵਾਰ ਇੱਕ ਜਗ੍ਹਾ ਤੇ ਜ਼ਿਆਦਾ ਕੱਪੜਾ ਇਕੱਠਾ ਹੋ ਜਾਂਦਾ ਹੈਗਾ, ਫਿਰ ਉਹ ਬਾਅਦ ਦੇ ਵਿੱਚ ਨਹੀਂ ਵਧੀਆ ਲੱਗਦਾ। ਆਪਾਂ ਨੇ ਪਹਿਲਾਂ ਲੜ ਲਾ ਕੇ ਉਹਦੀ ਸੈਟਿੰਗ ਕਰ ਲਈ, ਤੇ ਜਿਹੜਾ ਦੂਸਰਾ ਲੜਾ ਦਸਤਾਰ ਦਾ ਇਹਨੂੰ ਫੋਲਡ ਕਰਕੇ ਤੁਸੀਂ ਸਜਾਉਣਾ ਵਾ, ਤੇ ਇਹਦਾ ਇਹ ਧਿਆਨ ਰੱਖਿਓ ਵੀ ਜੇ ਥੋੜਾ ਅੱਗੇ ਪਿੱਛੇ ਕਰਨਾ ਪੈਂਦਾ ਕਰ ਲਓ, ਕਿਉਂਕਿ ਇਧਰਲੀ ਸਾਈਡ ਵੱਲ ਨਹੀਂ ਪੈਣੇ ਚਾਹੀਦੇ, ਆ ਪਲੇਨ ਹੋ ਜਾਵੇ। ਦੇਖੋ ਇਸ ਤਰ੍ਹਾਂ ਇਹਨੂੰ ਤੁਸੀਂ ਇਕੱਠੀ ਕਰਕੇ ਪਿੱਛੇ ਤੋਂ ਲੈ ਕੇ ਆਉਣਾ। ਤੇ ਹੁਣ ਆਪਾਂ ਇਹਨਾਂ ਦੀ ਵੀ ਜੀ ਬਣਾ ਲੈਣੀ ਆ, ਜਿੱਦਾਂ ਵੀ ਹੁੰਦੀ ਆ ਉਹ ਸ਼ੇਪ 'ਚ ਬਣਾਉਣੀ ਆ। ਤੇ ਤੁਸੀਂ ਆਪਣੀ ਜਿਹੜੀ ਹਾਫ ਆਈਬ੍ਰੋ ਆ ਉਹਨੂੰ ਕਵਰ ਕਰ ਲਓ, ਤੇ ਇਹਦੇ ਨਾਲ ਕੰਨ ਢੱਕ ਲੈਣਾ ਇਸੇ ਲੜ ਦੇ ਨਾਲ। ਤੇ ਹੁਣ ਦੂਸਰੀ ਸਾਈਡ 'ਤੇ ਵੀ ਸੇਮ ਪ੍ਰੋਸੈਸ ਆ ਜਿਹੜਾ ਉਹ ਫੋਲੋ ਕਰਾਂਗੇ। ਇਸ ਤਰ੍ਹਾਂ ਤੁਸੀਂ ਆਪਣੀ ਵੀ ਬਣਾ ਲੈਣੀ ਆ। ਤੇ ਇਸ ਤੋਂ ਬਾਅਦ ਹੁਣ ਆਪਾਂ ਚੰਦ ਬਣਾਵਾਂਗੇ। ਮੈਂ ਪਹਿਲਾਂ ਜਿਹੜੀ ਦਸਤਾਰ ਬਣਦੀ ਸੀਗੀ ਜ਼ਿਆਦਾਤਰ ਮੈਂ ਵੀ ਸ਼ੇਪ ਦੇ ਵਿੱਚ ਬਣਦੀ ਸੀਗੀ ਵੀ ਇੱਦਾਂ ਹੀ, ਪਰ ਮਤਲਬ ਉਹਦਾ ਥੋੜ੍ਹਾ ਵੱਖਰਾ ਪ੍ਰੋਸੈਸ ਆ, ਉਹਦੀ ਵੱਖਰੀ ਵੀਡੀਓ ਬਣਾ ਦਾਂਗੇ ਜੇ ਤੁਸੀਂ ਕਹੋਗੇ ਤਾਂ। ਅਤੇ ਦੂਸਰੀ ਗੱਲ ਇਹ ਵੀ ਹੁੰਦੀ ਹੈ ਕਿ ਹਰੇਕ ਦੇ ਫੇਸ 'ਤੇ ਵੱਖਰਾ ਵੱਖਰਾ ਜਿਹੜਾ ਦਸਤਾਰ ਦੀ ਸ਼ੇਪ ਆ ਉਹ ਜੱਚਦੀ ਹੁੰਦੀ ਹੈਗੀ। ਅਤੇ ਮੈਂ ਜੀ ਗੋਲ ਦਸਤਾਰ ਵੀ ਟਰਾਈ ਕੀਤੀ ਸੀਗੀ, ਮੈਥੋਂ ਸਹੀ ਤਰ੍ਹਾਂ ਉਹ ਬੰਨ ਵੀ ਨਹੀਂ ਹੁੰਦੀ ਸਹੀ, ਮਤਲਬ ਸੈੱਟ ਨਹੀਂ ਬੈਠੀ, ਤਾਂ ਕਰਕੇ ਮੈਂ ਇਸੇ ਤਰ੍ਹਾਂ ਹੀ ਬਣਦੀ ਹਾਂ ਦਸਤਾਰ ਨੂੰ। ਅਤੇ ਜਿਹੜਾ ਆਪਾਂ ਪਹਿਲਾਂ ਪ੍ਰੋਸੈਸ ਫੋਲੋ ਕੀਤਾ ਸੀਗਾ ਦਸਤਾਰ ਨੂੰ ਫੋਲਡ ਕਰਕੇ ਅਤੇ ਇੱਧਰੋਂ ਪਲੇਨ ਕਰਕੇ, ਉਸ ਚੀਜ਼ ਨੂੰ ਆਪਾਂ ਫਿਰ ਤੋਂ ਫੋਲੋ ਕਰਨਾ। ਇਹ ਲੜ ਆਪਾਂ ਪਿੱਛੇ ਤੋਂ ਲੈ ਕੇ ਆਵਾਂਗੇ, ਇਹਨੂੰ ਸੈੱਟ ਕਰ ਲੈਣਾ ਪਿੱਛੇ ਤੋਂ ਤੁਸੀਂ, ਅਤੇ ਇਹਦਾ ਆਪਾਂ ਅੱਗੇ ਲਿਆ ਕੇ ਚੰਦ ਜਿਹਾ ਬਣਾ ਲੈਣਾ ਵਾ। ਇਹ ਜਿਹੜੇ ਵਾਲ ਆ ਇਹ ਸਾਰੇ ਕੱਢ ਲਓ। ਬਸ ਹੁਣ ਜਿਹੜੇ ਬਾਕੀ ਦੇ ਲੜ ਰਹਿ ਗਏ ਆਪਾਂ ਇਹਦੇ ਉੱਪਰ ਦੀ ਲਾਉਣੇ ਆ। ਵੈਸੇ ਉਹ ਤਾਂ ਜਿਹੜਾ ਦਸਤਾਰ ਦਾ ਜਿਹੜੇ ਜ਼ਿਆਦਾ ਐਕਸਪਰਟ ਨੇ ਉਹ ਤਾਂ ਬਿਨਾਂ ਸ਼ੀਸ਼ਾ ਦੇਖ ਕੇ ਬੰਨਦੇ ਆ, ਅਤੇ ਕਹਿੰਦੇ ਵੀ ਹੁੰਦੇ ਆ ਵੀ ਸ਼ੀਸ਼ਾ ਦੇਖ ਕੇ ਨਹੀਂ ਦਸਤਾਰ ਬੰਨਣੀ ਚਾਹੀਦੀ ਹੈਗੀ, ਬਟ ਆਪਾਂ ਜਿਹੜੇ ਹੈਗੇ ਆਪਾਂ ਤੋਂ ਨਹੀਂ ਬੰਨੀ ਜਾਂਦੀ ਹੈਗੀ। ਜਿਵੇਂ ਮੈਨੂੰ ਕੀ ਕਹਿੰਦੇ ਹੁੰਦੇ ਨੇ ਵੀ ਤੂੰ ਤਾਂ ਸ਼ੀਸ਼ਾ ਦੇਖ ਕੇ ਵੀ ਨਹੀਂ ਠੀਕ ਬੰਨਦਾ ਹੈਗਾ, ਸੋ ਉਹੀ ਆ ਜਿਹੜੇ ਅਗਲੇ ਲੜਨੇ ਉਹਨਾਂ ਦੇ ਵਿੱਚ ਇੱਦਾਂ ਕਰਕੇ ਤੁਸੀਂ ਛੋਟੇ ਛੋਟੇ ਜਿਹੜੇ ਵਾਲਦੇ ਆ ਉਹ ਬਣਾਈ ਜਾਣੇ ਆਪਣੇ ਹੱਥਾਂ ਨਾਲ, ਜਦੋਂ ਇਹਨੂੰ ਤੁਸੀਂ ਖਿੱਚੋਗੇ ਇਹ 'ਚ ਖਿੱਚ ਪਊਗੀ ਫਿਰ ਉਹ ਵਾਲ ਆਪਣੇ ਆਪ ਹੀ ਬੰਨਣਗੇ। ਜਦੋਂ ਦਸਤਾਰ ਸਜਾਉਣੇ ਉਹ ਵਾਲ ਬਹੁਤ ਸੋਹਣੇ ਲੱਗਦੇ ਆ। ਜਿਵੇਂ ਮੈਂ ਜਿਹੜੀ ਦਸਤਾਰ ਬੰਨਦੀ ਆ ਇਹ ਟਾਈਟ ਬੰਨਦੀ ਆ, ਜਦੋਂ ਮੈਂ ਥੋੜ੍ਹੀ ਲੂਜ਼ ਬੰਨਦਾ। ਅਤੇ ਜਿਹੜਾ ਇਹ ਵਾਲਾ ਲੜ ਸੀਗਾ ਇਹ ਵੀ ਤੁਸੀਂ ਕੰਨ ਦੇ ਉੱਤੋਂ ਦੀ ਲੈ ਕੇ ਜਾਣਾ, ਤੁਸੀਂ ਜਿਹੜਾ ਹਾਫ ਕੰਨ ਆ ਤੁਹਾਡਾ ਉਹਨੂੰ ਕਵਰ ਕਰਨਾ। ਦੂਸਰੀ ਸਾਈਡ ਤੋਂ ਵੀ ਸੇਮ ਆ। ਇੱਕ ਗੱਲ ਹੋਰ ਹੈ ਜੀ, ਜਿਹੜਾ ਤੁਹਾਡਾ ਮਤਲਬ ਜੇ ਤੁਸੀਂ ਪਾੜ ਕੇ ਦਸਤਾਰ ਨੂੰ ਬੰਨਦੇ ਹੋ ਵਿਚਕਾਰ ਤੋਂ, ਫਿਰ ਜਿਹੜਾ ਆ ਫਟਿਆ ਹੋਇਆ ਲੜਾ ਇਹਨੂੰ ਉੱਪਰਲੀ ਸਾਈਡ ਰੱਖਣਾ, ਕਿਉਂਕਿ ਜੇ ਨੀਚੇ ਵਾਲੀ ਸਾਈਡ ਦਿਖਦਾ ਰਹਿੰਦਾ ਸੋਹਣਾ ਨਹੀਂ ਲੱਗਦਾ। ਅਤੇ ਦੂਸਰੀ ਗੱਲ ਇਹ ਆ ਕਿ ਜਦੋਂ ਵੀ ਤੁਸੀਂ ਦਸਤਾਰ ਨੂੰ ਬੰਨਣਾ ਨੂੰ ਇੱਦਾਂ ਫੋਲਡ ਕਰਕੇ ਇਹਦੇ ਸਾਰੇ ਲੜ ਲਾਉਣੇ ਆ। ਮੇਨ ਤੌਰ 'ਤੇ ਜਿਹੜਾ ਤੁਹਾਡਾ ਕੰਨ 'ਤੇ ਲੜ ਆਉਣਾ ਨਾ ਉਹਨੂੰ ਫੋਲਡ ਕਰਕੇ ਲਾਉਣਾ, ਜਿਵੇਂ ਕਿ ਕਈ ਜਣੇ ਦੇ ਕੰਨ ਦੁਖਣ ਲੱਗ ਜਾਂਦੇ ਆ ਦਸਤਾਰ ਨਾਲ, ਦੁਮਾਲੇ ਨਾਲ ਖਾਸ ਤੌਰ 'ਤੇ, ਉਹ ਫਿਰ ਕੰਨ ਨਹੀਂ ਦੁਖਣਗੇ, ਕਿਉਂਕਿ ਜਦੋਂ ਵੀ ਆਹ ਲੜ ਕੰਨ ਦੇ ਉੱਪਰ ਆਊਗਾ ਨਾ ਤੁਹਾਡੇ ਕੰਨ ਟਾਈਟ ਜ਼ਿਆਦਾ ਹੋ ਜਾਣਗੇ, ਕੰਨ ਦਰਦ ਕਰਨ ਲੱਗ ਜਾਂਦੇ ਆ। ਬਸ ਇਸ ਤੋਂ ਬਾਅਦ ਅਗਲਾ ਲੜ ਵੀ ਸੇਮ, ਉਹ ਪਹਿਲਾਂ ਵਾਲਚੇ ਪਾ ਲੈਂਦੇ ਹਾਂ। ਇਹ ਜਿਹੜਾ ਅਗਲਾ ਲੜ ਆ ਉਹ ਨੀਚੇ ਵਾਲੇ ਲੜ ਤੋਂ ਥੋੜ੍ਹਾ ਕੁ ਉੱਪਰ ਚੁੱਕ ਕੇ ਲਾਉਣਾ ਵਾ। ਅਤੇ ਇਸ ਤੋਂ ਬਾਅਦ ਜਿਹੜੇ ਅਗਲੇ ਲੜ ਨੇ ਸਾਰੇ ਸੇਮ ਪ੍ਰੋਸੈਸ ਦੇ ਵਿੱਚ ਲੱਗਣਗੇ। ਪਹਿਲਾਂ ਦਸਤਾਰ ਨੂੰ ਇੱਦਾਂ ਟਾਈਟ ਕਰਕੇ ਇਹ 'ਚ ਥੋੜ੍ਹੇ ਥੋੜ੍ਹੇ ਵਾਲ ਬਣਾ ਲੈਣੇ ਆ, ਅਤੇ ਹਰੇਕ ਵਾਲ ਆ ਜਿਹੜਾ ਉਹ ਨੀਚੇ ਵਾਲੇ ਵਾਲ ਨਾਲ ਉਹ ਥੋੜ੍ਹਾ ਥੋੜ੍ਹਾ ਉੱਪਰ ਚੁੱਕ ਕੇ ਲੱਗੂਗਾ। ਅਤੇ ਇੱਕ ਗੱਲ ਦਾ ਤੁਸੀਂ ਹੋਰ ਖਾਸ ਧਿਆਨ ਰੱਖਣਾ, ਕਈ ਵਾਰ ਜਦੋਂ ਐਵੇਂ ਦਸਤਾਰ ਬੰਨਦੇ ਆ ਪਿਛਲੇ ਪਾਸੇ ਵਾਲਜਾ ਪੈ ਜਾਂਦਾ, ਉਹ ਵਾਲ ਦਾ ਧਿਆਨ ਰੱਖਣਾ, ਉਹਨੂੰ ਨਾਲ ਨਾਲ ਕੱਢਦੇ ਰਹਿਣਾ ਗਾ, ਅਤੇ ਉਹ ਵਾਲ ਦਾ ਤਾਂ ਵੀ ਪਤਾ ਲੱਗ ਜਾਂਦਾ। ਕਈ ਵਾਰ ਤੁਹਾਡੀ ਇੱਧਰਲੀ ਸਾਈਡ ਜਿਹੜੀ ਦਸਤਾਰ ਦੀ ਹੈ ਨਾ ਉਹ ਇੱਧਰਲੀ ਸਾਈਡ ਆਉਣ ਲੱਗ ਜਾਂਦੀ ਹੈ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਪਿੱਛੇ ਕੋਈ ਗੜਬੜ ਹੋਈ ਹੈ, ਵੀ ਵਾਲ ਪੈ ਗਿਆ ਹੋਊਗਾ। ਹੁਣ ਜਿਹੜਾ ਆਹ ਵਾਲਾ ਲੜ ਹੈਗਾ ਤੁਸੀਂ ਕੁਛ ਕੁ ਲੜ ਲਾ ਕੇ
ਆਪਣੀ ਦਸਤਾਰ ਜਿੰਨੀ ਕੁ ਪਿੱਛੇ ਬਾਕੀ ਬਚਦੀ ਆ ਉਹਦੇ ਹਿਸਾਬ ਨਾਲ ਦੇਖ ਕੇ ਲੜ ਨਾਲ ਆਪਣੀ ਜਿਹੜੀ ਕੇਸਕੀ ਆ ਜਾਂ ਜਿਹੜੀ ਤੁਸੀਂ ਵਲ ਪਾਏ ਸੀ ਪਿੱਛੇ ਦੀ ਦਸਤਾਰ ਲੈ ਕੇ ਆਉਂਦੀ ਸੀ ਉਹਨੂੰ ਸਾਰੀ ਨੂੰ ਕਵਰ ਕਰ ਦੇਣਾ ਜਿਵੇਂ ਕੇਸਕੀ ਦੇ ਵਿੱਚ ਕੀਤਾ ਸੀਗਾ ਸੇਮ ਇਹਦੇ ਵਿੱਚ ਵੀ ਉਵੇਂ ਤੁਸੀਂ ਉੱਪਰ ਚ ਦਸਤਾਰ ਕੱਢ ਕੇ ਤੇ ਉਹਦੇ ਕਵਰ ਕਰ ਲੈਣੀ ਮਤਲਬ ਕਿ ਉੱਪਰੋਂ ਕਵਰ ਕਰ ਲੈਣੀ ਸਾਰੀ ਚੰਗੀ ਤਰ੍ਹਾਂ ਤੇ ਆਪਾਂ ਜੀ ਸਾਰੇ ਲਾੜਾ ਜਿਹੜੇ ਲਾ ਲਏ ਸੀਗੇ ਤੇ ਜਿਹੜਾ ਆਖਰੀ ਲਾੜਾ ਉਹ ਲਗਭਗ ਪੂਰਾ ਹੀ ਆਇਆ ਤੇ ਤੁਸੀਂ ਬਾਅਦ ਦੇ ਵਿੱਚ ਆਪਣੀ ਦਸਤਾਰ ਥੋੜ੍ਹੀ ਕੁ ਉੱਪਰ ਚੁੱਕ ਕੇ ਆਪਣੀ ਅੱਖਾਂ 'ਚੋਂ ਕੱਢ ਲਵੋ ਤੇ ਆਪਾਂ ਥੋੜ੍ਹੀ ਕੁ ਇਹਦੀ ਬਾਜ਼ ਨਾਲ ਸੈਟਿੰਗ ਕਰ ਲਵਾਂਗੇ ਵੈਸੇ ਮੈਂ ਆਪਣੀ ਲਾਈਫ ਟਾਈਮ 'ਚ ਅੱਜ ਤੱਕ ਇੱਕ ਵਾਰ ਵੀ ਬਾਜ ਦਾ ਇਸਤੇਮਾਲ ਨਹੀਂ ਕੀਤਾ ਅਤੇ ਮੇਰੀ ਦਸਤਾਰ ਤੋਂ ਉਹ ਗੱਲ ਦਾ ਪਤਾ ਵੀ ਲੱਗ ਜਾਂਦਾ ਬਟ ਕਈ ਬਹੁਤ ਇਹਦੇ ਨਾਲ ਮਤਲਬ ਕਿ ਕਰਦੇ ਹਮੇਸ਼ਾ ਕੋਲ ਹੀ ਹੁੰਦਾ ਉਹਨਾਂ ਦੇ ਹਮੇਸ਼ਾ ਹੀ ਕੋਲ ਹੁੰਦਾ ਜਦੋਂ ਵੀ ਬਸ ਫੇਰਦੇ ਹੀ ਰਹਿੰਦੇ ਆ ਵੈਸੇ ਇਹਦੀ ਹਮੇਸ਼ਾ ਤਾਂ ਲੋੜ ਵੀ ਨਹੀਂ ਪੈਂਦੀ ਕਈ ਵਾਰ ਇੱਥੇ ਵਾਲ ਵੂਲ ਪੈ ਜਾਂਦੇ ਨੇ ਜੀ ਫੇਰ ਨਹੀਂ ਕਈ ਮੁੰਡੇ ਜਿਵੇਂ ਹੁੰਦੇ ਨੇ ਮੈਂ ਦੇਖਿਆ ਨਾਲ ਪੱਕਾ ਉਹਨਾਂ ਦੇ ਕੋਲ ਹੁੰਦਾ ਹਮੇਸ਼ਾ ਹਾਂਜੀ ਰੱਖਦੀ ਤਾਂ ਵੈਸੇ ਮੈਂ ਵੀ ਕੋਲ ਹਾਂ ਕਿਉਂਕਿ ਕਈ ਵਾਰ ਜ਼ਰੂਰਤ ਪੈ ਜਾਂਦੀ ਹੈ ਤੁਹਾਡੇ ਇੱਥੋਂ ਵਾਲ ਆ ਜਿਹੜੇ ਸਾਈਡਾਂ ਤੋਂ ਕੰਨਾਂ ਕੋਲੋਂ ਜਾਂ ਪਿੱਛੋਂ ਨਿਕਲ ਜਾਂਦੇ ਹੈਗੇ ਉਹ ਫਿਰ ਤੁਸੀਂ ਉਹਦੇ ਨਾਲ ਸੈੱਟ ਕਰ ਸਕਦੇ ਹੋ ਦਸਤਾਰ ਆਪਾਂ ਨੇ ਸਜਾ ਲਈ ਹੈ ਅਤੇ ਇਸ ਤੋਂ ਬਾਅਦ ਜਿਹੜੀ ਅਹਿਮ ਗੱਲ ਆ ਉਹ ਇਹ ਹੈਗੀ ਹੈ ਕਿ ਜਦੋਂ ਵੀ ਤੁਸੀਂ ਆਪਣੀ ਦਸਤਾਰ ਖੋਲ੍ਹਣੀ ਆ ਤੁਸੀਂ ਇੱਕ ਇੱਕ ਲੜ ਕਰਕੇ ਜਿੱਦਾਂ ਆਪਾਂ ਇੱਕ ਇੱਕ ਲੜ ਲਾਇਆ ਸੀ ਉਸੇ ਤਰ੍ਹਾਂ ਹੀ ਖੋਲ੍ਹਣੀ ਆ ਅਤੇ ਕਈ ਜਾਣੇ ਕੀ ਕਰਦੇ ਆ ਲੇਡੀਜ਼ ਦੇ ਵਿੱਚ ਜ਼ਿਆਦਾਤਰ ਇੱਦਾਂ ਨਹੀਂ ਹੁੰਦਾ ਕਿਉਂਕਿ ਦਮਾਲਾ ਇੱਦਾਂ ਖੋਲ੍ਹਦਾ ਨਹੀਂ ਹੈਗਾ ਜੇ ਚੱਕ ਕੇ ਇਹਨੂੰ ਲਾਓ ਇਹ ਲਊਗਾ ਨਹੀਂ ਗਾ ਵੈਸੇ ਤਾਂ ਮੈਂ ਜ਼ਿਆਦਾ ਟਾਈਟ ਬਣਦੀ ਆ ਮੇਰਾ ਤਾਂ ਲਊਗਾ ਹੀ ਨਹੀਂ ਗਾ ਜੇ ਕੋਈ ਲੂਜ਼ ਬਣਦਾ ਉਹ ਹੋ ਸਕਦਾ ਕਿ ਇੱਦਾਂ ਲਾ ਕੇ ਰੱਖ ਦਿੰਦਾ ਹੋਵੇ ਅਤੇ ਦਸਤਾਰ ਜਿਹੜੇ ਮੇਰੇ ਵੀਰ ਦਸਤਾਰ ਬਣਦੇ ਨੇ ਉਹ ਜ਼ਿਆਦਾਤਰ ਇਹਨੂੰ ਚੱਕ ਕੇ ਦਸਤਾਰ ਨੂੰ ਇੱਦਾਂ ਰੱਖ ਦਿੰਦੇ ਆ ਇੱਦਾਂ ਦਸਤਾਰ ਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਭਾਵੇਂ ਤੁਹਾਡੀ ਦਸਤਾਰ ਆ ਜਾਂ ਦਮਾਲਾ ਉਹਦਾ ਇੱਕ ਇੱਕ ਲੜ ਕਰਕੇ ਜਿੱਦਾਂ ਤੁਸੀਂ ਉਹਨੂੰ ਸਜਾਉਣੇ ਆ ਉੱਦਾਂ ਹੀ ਉਹਨੂੰ ਖੋਲ੍ਹਣਾ ਚਾਹੀਦਾ ਕਿਉਂਕਿ ਦਸਤਾਰ ਦੇ ਅਦਬ ਦੇ ਲਈ ਇਹ ਚੀਜ਼ ਬਹੁਤ ਜ਼ਰੂਰੀ ਆ ਅਤੇ ਉਹ ਤੋਂ ਬਾਅਦ ਦਸਤਾਰ ਦੇ ਵਾਲ ਵੀ ਕੱਢਣੇ ਆ ਉਹ ਤੁਹਾਨੂੰ ਮੈਂ ਐਂਡ 'ਤੇ ਦੱਸੂੰਗਾ ਵੀ ਕਿਵੇਂ ਕੱਢਣੇ ਆ ਜਿਵੇਂ ਮੈਂ ਸਿੱਖਿਆ ਸੀਗਾ ਸਿੰਘਾਂ ਤੋਂ ਮੈਂ ਤੁਹਾਨੂੰ ਉਹੀ ਦੱਸੂੰਗਾ ਵੀ ਕਿੱਦਾਂ ਫਿਰ ਦਸਤਾਰ ਨੂੰ ਰੱਖਣਾ ਵਾ ਅਤੇ ਹੁਣ ਜੇ ਆਪਾਂ ਮਾਲਾ ਲਗਾਵਾਂਗੇ ਅਤੇ ਕਈ ਜਿਹੜੇ ਸਿੰਘ ਆ ਉਹ ਕਈ ਤਰ੍ਹਾਂ ਦੇ ਸ਼ਸਤਰ ਆਪਣੀ ਦਸਤਾਰ 'ਤੇ ਸਜਾਉਂਦੇ ਆ ਅਤੇ ਮੈਂ ਸਿਰਫ ਮਾਲਾ ਲਾਉਣੀ ਆ ਅਤੇ ਖੰਡਾ ਜ਼ਿਆਦਾਤਰ ਮੈਂ ਮਾਲਾ ਹੀ ਲਗਾਉਣੀ ਹੁੰਦੀ ਹੈਗੀ ਜੇ ਨੋਰਮਲ ਮੈਂ ਦਸਤਾਰ ਸਜਾਉਣੀ ਆ ਅਤੇ ਜੇ ਮੈਂ ਕੋਈ ਫੰਕਸ਼ਨ ਹੁੰਦਾ ਜਾਂ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਫਿਰ ਮੈਂ ਖੰਡਾ ਲਗਾਉਣੀ ਆ ਨਾਲ ਤੁਸੀਂ ਸਿਮਰਨਾ ਵੀ ਲੈ ਸਕਦੇ ਹੋ ਇੱਕ ਸਿਮਰਨਾ ਵੀ ਆਉਂਦਾ ਉਹ ਬਿਲਕੁਲ ਇਦਾਂ ਹੀ ਦਸਤਾਰ ਦੇ ਉੱਪਰ ਚੜ ਜਾਂਦਾ ਚੱਕਰ ਹੁੰਦੇ ਨੇ ਹਾਂਜੀ ਕਈ ਤਰ੍ਹਾਂ ਦੇ ਚੱਕਰ ਹੁੰਦੇ ਨੇ ਤੁਸੀਂ ਉਹ ਲਗਾ ਸਕਦੇ ਹੋ ਤੇ ਮੈਂ ਉਹ ਸਿਮਰਨਾ ਨਹੀਂ ਲਗਾਉਂਦੀ ਹੈਗੀ ਕਿਉਂਕਿ ਉਹ ਕਈ ਵਾਰ ਦਸਤਾਰ ਛੋਟੀ ਰਹਿ ਜਾਂਦੀ ਹੈਗੀ ਫਿਰ ਵੀ ਨਹੀਂ ਸੈੱਟ ਆਉਂਦਾ ਉਹ ਸਿਮਰਨਾ ਥੋੜਾ ਵੱਡਾ ਸਾਈਜ਼ ਦਾ ਸੋ ਇਹ ਫਿੱਟ ਨਹੀਂ ਆਉਂਦਾ ਸਹੀ ਤਰੀਕੇ ਨਾਲ ਤੇ ਮਾਲਾ ਖੁੱਲਣ ਵਾਲੀ ਮੈਂ ਮਤਲਬ ਖਲਵਾਉਣ ਵਾਲੀ ਕਰਾ ਕੇ ਲੈ ਕੇ ਆਉਂਦੀ ਸੀਗੀ ਜਿੱਥੇ ਜੇ ਸੈੱਟ ਆਉਂਦੀ ਆ ਉੱਥੇ ਜੇ ਮੈਂ ਉਹਨੂੰ ਸੈੱਟ ਕਰ ਲੈਂਦੀ ਹਾਂ ਤੇ ਇਸ ਤੋਂ ਬਾਅਦ ਆਪਾਂ ਲਗਾਵਾਂਗੇ ਖੰਡਾ ਇਹ ਮੇਰਾ ਖੰਡਾ ਮੈਂ ਕਿਨੇ ਦੱਬ ਲਿਆ ਪਰ ਮੈਂ ਕੈਨੇਡਾ ਲੈ ਕੇ ਜਾਊਂ ਐਤਕੀ ਨਹੀਂ ਇਹ ਖੰਡਾ ਨਹੀਂ ਮਿਲੂਗਾ ਤੁਸੀਂ ਸਾਰੇ ਜਾਣੇ ਰਿਕੁਐਸਟ ਕਰਿਓ ਇਹ ਬਾਲਾ ਜ਼ਿਆਦਾ ਸੋਹਣਾ ਵਾ ਜਿਹੜਾ ਇਹਨਾਂ ਨੇ ਮੈਨੂੰ ਦਿੱਤਾ ਸੀਗਾ ਉਹ ਹੀ ਮੇਰੇ ਕੋਲ ਇੱਕ ਹੀ ਸੀਗਾ ਇਹ ਯੂਕੇ ਦਾ ਬਣਿਆ ਹੋਇਆ ਯੂਕੇ ਦੇ ਖੰਡੇ ਬੈਸਟ ਨੇ ਜੀ ਕਿਸੇ ਨੇ ਆਰਡਰ ਕਰਨੇ ਹੁਣ ਉੱਥੇ ਬਣਾਉਂਦੇ ਨੇ ਤੇ ਯੂਕੇ 'ਚ ਕੋਈ ਹੈਗਾ ਵਾ ਜੇ ਉੱਥੇ ਕੋਈ ਬਣਾਉਂਦਾ ਤੇ ਪਲੀਜ਼ ਮੈਨੂੰ ਪਤਾ ਕੌਣ ਬਣਾਉਂਦੇ ਨੇ ਬਣਵਾ ਦਿਓ ਜੀ ਫਿਰ ਇੱਕ ਜ਼ਰੂਰ ਇੱਕ ਲਈ ਥੋੜੀ ਇੰਨਾ ਹੋਊਗਾ ਫਿਰ ਸ਼ਿਪਿੰਗ ਕਰਨੀ ਇੱਕ ਦੀ ਥੋੜੀ ਸ਼ਿਪਿੰਗ ਹੋਊਗੀ ਵੱਡਾ ਆਰਡਰ ਕਿਉਂਕਿ ਜਿਹੜੇ ਮੈਨੂੰ ਮਿਲੇ ਹੋਏ ਨੇ ਇਹ ਪਾ ਖੰਡਾ ਤਾਂ ਦਿਖਾਉਣਾ ਮੈਂ ਕੀ ਖੰਡੇ ਦੀ ਕੀ ਖਾਸ ਗੱਲ ਇਹਨਾਂ ਨੇ ਮੈਨੂੰ ਦੋ ਖੰਡੇ ਦਿੱਤੇ ਨੇ ਮੈਂ ਕੱਲ ਕੱਲ ਦਿਖਾਵਾਂਗੇ ਇਹਦੀ ਖਾਸ ਗੱਲ ਹੈਗੀ ਆ ਇੱਕ ਤਾਂ ਇਹਦੀ ਸ਼ੇਪ ਇੰਨੀ ਸੋਹਣੀ ਆ ਦੂਜੇ ਦੀ ਖਾਸ ਗੱਲ ਹੈਗੀ ਆ ਇਹਦੀ ਪਿੰਨ ਆ ਦੇਖੋ ਪਿੱਛੇ ਲਿਖਿਆ ਵੀ ਹੋਇਆ ਏ ਕੇ ਜੇ ਯੂਕੇ ਤੇ ਇਹਦੀ ਪਿੰਨ ਇੰਨੀ ਸੋਹਣੀ ਆ ਦੇਖੋ ਸਿੰਪਲ ਪਿੰਨ ਆ ਨਾ ਟੁੱਟਦੀ ਆ ਇਹਦੀ ਜਿਵੇਂ ਆਪਣੇ ਇੰਡੀਆ 'ਚ ਹੁੰਦੇ ਨੇ ਉਹ ਜਿਵੇਂ ਬਿਸਕੁਏ ਦੀ ਪਿੰਨ ਹੁੰਦੀ ਉਹੋ ਜਿਹੀ ਲਾ ਜਾਂਦੇ ਨੇ ਬਟ ਇਹ ਪਰਫੈਕਟ ਆ ਪਰਫੈਕਟ ਇੰਨੀ ਜ਼ਿਆਦਾ ਸੋਹਣਾ ਖੰਡਾ ਜਿੰਨਿਆਂ ਨੂੰ ਵੀ ਦਿੱਤਾ ਇਹਨੇ ਸੋਹਣੇ ਲੱਗਦੇ ਆ ਸ਼ੇਪ ਸਾਰਾ ਕੁਛ ਬਹੁਤ ਵਧੀਆ ਉਹਨਾਂ ਨੇ ਆਪ ਬਣਾਏ ਨੇ ਆਪਣੀ ਫੈਕਟਰੀ ਦੇ ਵਿੱਚ ਸ਼ਾਇਦ ਤੇ ਜਦੋਂ ਵਿਆਹ ਦਾ ਟਾਈਮ ਸੀਗਾ ਉਦੋਂ ਵੀ ਮਤਲਬ ਇਹਨਾਂ ਤੱਕ ਕਦੇ ਹੋਇਆ ਸੀ ਜਿਹੜਾ ਇਹਨਾਂ ਨੇ ਸਮਾਨ ਦੇ ਵਿੱਚ ਖੰਡਾ ਦਿੱਤਾ ਸੀਗਾ ਮੈਨੂੰ ਉਹ ਖੰਡੇ ਦੀ ਜਿਹੜੀ ਆ ਪਿੰਨ ਆ ਉਹ ਸਹੀ ਨਹੀਂ ਸੀਗੀ ਤੇ ਜਦੋਂ ਮੈਂ ਦਸਤਾਰ ਸਜਾਈ ਸੀਗੀ ਖੰਡਾ ਲਾਉਂਦੇ ਟਾਈਮ ਇੰਨੀ ਮਿਹਨਤ ਕਰਨੀ ਪਈ ਬਾਹਲੇ ਜਾਣਿਆਂ ਨੇ ਮੇਰੇ ਖੰਡਾ ਟਰਾਈ ਕਰ ਕਰਕੇ ਦੇਖਿਆ ਉਹ ਲੱਗਦਾ ਹੀ ਨਹੀਂ ਸੀਗਾ ਉਹ ਪਿੰਨ ਨਹੀਂ ਠੀਕ ਸੀਗੀ ਇਹਦੀ ਪਿੰਨ ਫਿਰ ਐਂਡ ਤੇ ਬਸ ਉਹਦੀ ਐ ਮਾੜੀ ਮੋਟੀ ਸੈਟਿੰਗ ਜੀ ਕਰਕੇ ਭੈਣ ਜੀ ਨੇ ਉਹਨੂੰ ਲਾਦਾ ਸੀਗਾ ਉਹ ਫਿਰ ਵੀ ਡਰ ਸੀਗਾ ਵੀ ਕਿਤੇ ਲੈ ਹਿੱਲਦਾ ਸੀਗਾ ਇਹ ਹਿੱਲਦਾ ਸੀਗਾ ਇਹ ਹਿੱਲਦਾ ਨਹੀਂ ਹੈਗਾ ਲਾ ਕੇ ਦਿਖਾ ਫੋਟੋ ਵੀ ਦੇਖੀਆਂ ਹੋਣਗੀਆਂ ਵੀਡੀਓ 'ਚ ਵੀ ਦੇਖਿਆ ਹੋਊਗਾ ਵਿਆਹਾਂ ਦੇ ਵਿੱਚ ਜਿਹੜੀ ਘਰੇ ਸਾਰੇ ਫੋਟੋ ਲੱਗੀ ਹੋਈ ਉਹਦੇ ਵਿੱਚ ਵੀ ਖੰਡਾ ਹਿੱਲਿਆ ਹੋਇਆ ਮੈਂ ਬਾਅਦ 'ਚ ਦੇਖਿਆ ਸੀ ਉਹ 'ਚ ਟੇਢਾ ਆਇਆ ਹੋਇਆ ਉਹ ਫੋਟੋਗ੍ਰਾਫਰ ਨੇ ਵੀ ਨਹੀਂ ਦੱਸਿਆ ਵੀ ਖੰਡਾ ਹਿੱਲਿਆ ਹੋਇਆ ਤੁਹਾਡਾ
लो जी गुरु साहब की कृपा नाल अपनी जिहड़ी दस्तार आ पहली वार सैट आ गई, लड़ भी बिलकुल पूरा आ गया, वधिया नहीं हैगा। मैं वैसे दस्तार कदे भी दोबारा खोल के नहीं बनती हुंदी, जे लड़ वध भी जावे उदां ही उहदी सैटिंग कर दिंदी आ। ते बाकी गल ये आ जी, ये थोड़ा जिहा सेंसिटिव जिहा टॉपिक सीगा क्योंकि रहत मर्यादा दे नाल जुड़िया होया सीगा। कई बार अपने तो गलतियां हो जांदियां ने क्योंकि जिन्ना का आपां नूं पता वा, जिन्नी का आपां नूं मर्यादा दा पता वा, उस हिसाब नाल फॉलो करदे आ। कई लोगों नूं ज्यादा ज्ञान हुंदा गा, उन्हां नूं ऐ लगदा कि असीं किसी चीज़ की बेअदबी की जां गलत की, जे साडे तो कोई गलती हो गई होवे उहदे लई असीं माफ़ी मंगदे आ। ते जे कोई गलती होई तां साडे वीर भैणां सानूं कमेंट करके दस्सिओ, असीं उह गलती सुधारन की कोशिश करांगे। जे तुहानूं इह वीडियो वधिया लगी, मेरे दस्तार सजाउण दा स्टाइल वधिया लग्या, ते तुसीं भी ट्राई करके देखियो, तुसीं भी सजा के देखियो। ते जेकर तुहानूं दस्तार सजाउण दा स्टाइल वधिया लग्या, लाइक करियो, कमेंट करियो, ते जे वधिया लग्या तां शेयर भी करियो, तां जो होर भी वीर भैणां ने जिहड़ियां दस्तार नाल जुड़ सकन, दस्तार बणनी सिख सकन। ते इक गल होर जी, ते जेकर तुसीं सिंह साहिब दी दस्तार सजाउण दा तरीका देखना चाहुंदे आ, ਤੁਸੀਂ ਉਹ ਵੀ ਕਮੈਂਟ ਕਰਕੇ ਦੱਸਿਓ। ਵੈਸੇ ਸਿੰਘ ਸਾਹਿਬ ਦਾ ਜਿਹੜਾ ਤਰੀਕਾ ਵਾ ਬਹੁਤ ਅਜੀਬ ਆ, ਮੈਂ ਪਹਿਲੀ ਵਾਰ ਇੱਦਾਂ ਦੇਖਿਆ ਸੀਗਾ ਕਿਉਂਕਿ ਮੇਰੇ ਡੈਡੀ ਸ਼ੁਰੂ ਤੋਂ ਦਸਤਾਰ ਬੰਨਦੇ ਸੀ, ਰਿੱਕੀ ਬੰਨਦਾ ਸੀਗਾ, ਉਹਨਾਂ ਨੇ ਇੱਦਾਂ ਨਹੀਂ ਸੀ ਬੰਨੀ। ਸਿੰਘ ਸਾਹਿਬ ਥੋੜ੍ਹੀ ਅਜੀਬ ਤਰੀਕੇ ਨਾਲ ਬੰਨਦੇ ਆ, ਪਰ ਬੰਨਦੇ ਬਹੁਤ ਤੇਜ਼ ਹੈਗੇ। ਜੇ ਤੁਸੀਂ ਉੱਦਾਂ ਸਿੱਖਣਾ ਹੋਇਆ ਤਾਂ ਜ਼ਰੂਰ ਦੱਸਿਓ। ਅਤੇ ਲਾਸਟ ਦੇ ਵਿੱਚ ਇੱਕ ਵਾਰ ਫਿਰ ਤੋਂ ਮੈਂ ਆਪਣੀ ਜਿਹੜੀਆਂ ਗਲਤੀਆਂ ਨੇ ਉਹਨਾਂ ਦੀ ਮਾਫ਼ੀ ਮੰਗਦੀ ਹਾਂ, ਅਤੇ ਫਤਿਹ ਦੀ ਸਾਂਝ ਪਾਉਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।